ਆ ਦੇਖੋ ਇੱਕ ਗੰਦੇ ਮੂੰਹ ਵਾਲਾ ਵੀ ਸਾਡੇ ਲਾਗੇ ਖੜਾ ਉਹ ਸੌਰੀ ਤੇਰੇ ਨਾਲ ਡੰਡਾ ਕਰਨਾ ਸੀ ਥੈਂਕ ਯੂ ਜੀ ਹਾਂਜੀ ਹੁਣ ਦੱਸੋ ਫਿਰ ਬਣਾ ਲਓ ਜੀ ਫਿਰ ਸੋਨੇ ਦੀਆਂ ਚੈਨੀਆਂ ਚੈਨੀਆਂ ਤੁਹਾਡੇ ਕੋਲ ਬਣਾ ਲਈਆਂ ਤੁਸੀਂ ਸਸਤਾ ਤਾਂ ਲਾ ਨਹੀਂ ਰਹੇ ਆਪਣਾ ਕੀ ਨਾਮ ਜਿੱਤਰ ਜੀ ਤੁਸੀਂ ਇਦਾਂ ਨਾ ਉਹ ਤੂੰ ਬਣਾਉਣਾ ਕੁਛ ਆਪਣੇ ਵਿਆਹ ਦਾ ਬਣਵਾਲਾ ਸਿਰ ਮੇਰੇ ਤੂੰ ਪਹਿਲੇ ਚੈਨ ਬਣਾਈ ਸੀਗੀ ਨਹੀਂ ਨਹੀਂ ਮੂੰਹ ਹੀ ਬਣਵਾਲਾ ਇਹ ਕਿਹੜਾ ਚੱਜਦਾ ਇਹਦੇ ਨਾਲ ਤਾਂ ਨਹੀਂ ਵਿਆਹ ਹੋਣਾ ਸਿਰ ਚੈਨ ਬਣਵਾਈ ਸੀ ਖੋ ਗਈ ਮੇਰੀ ਹੁਣ ਹੈਂ ਚੈਨ ਖੋ ਗਈ ਹੈ ਕੁਛ ਤਾਂ ਹੋ ਗਈ ਤੁਮਸੇ ਮਿਲਨੇ ਕੇ ਬਾਅਦ ਦਿਲਬਰ ਤੂੰ ਦਿਲਬਰ ਨਹੀਂ ਬੀਰਬਲ ਕਹਿ ਪਿੱਛੇ ਆ ਜਿਹੜਾ ਤੂੰ ਬੀਰਬਲ ਨੂੰ ਅੱਜ ਕੱਲ ਮਿਲਣ ਨਹੀਂ ਆ ਨਾ ਸਭ ਪਤਾ ਸਾਨੂੰ ਬੀਰਬਲ ਬੀਰਬਲ ਹੋ ਬੀਰਬਲ 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 ਨੇ ਜਦੋਂ ਬਲਬ ਮਾਰਿਆ ਨਾ ਤੇਰੇ ਮੂੰਹ ਤੇ ਤੈਨੂੰ ਫਿਊਲ ਟਿਊਬਰ ਦਾ ਮੂੰਹ ਹੋਏ ਨਾ ਤੇਰਾ ਸਿਰ ਗੁਲਾਬ ਦਾ ਫੁੱਲ ਲਿਆ ਕੇ ਮਾਰਿਆ ਸੀ ਮੇਰੇ ਤੇ ਕਿੰਨੇ ਸਿਰ ਬੀਰਬਲ ਨੇ ਗਮਲੇ ਸਮੇਤ ਤੇ ਕੱਲਾ ਫੁੱਲ ਹੀ ਮਾਰਿਆ ਇੱਕ ਗਮਲੇ ਸਮੇਤ ਮਾਰਿਆ ਸੀ ਅੰਨਾ ਤੂੰ ਦੰਦ ਕੱਢਣ ਡਿਆ ਇੱਧਰ ਪਤਾ ਨਹੀਂ ਫੋਨ ਆਉਣ ਡਿਆ ਹੈਲੋ 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 ਪਾ ਜੀ ਸਭ ਤੋਂ ਪਹਿਲਾਂ ਤਾਂ ਟੀਵੀ ਦਾ ਵੋਲਿਊਮ ਘੱਟ ਕਰੋ ਮਾੜਾ ਜੀ ਟੀਵੀ ਦਾ ਵੋਲਿਊਮ ਘੱਟ ਕਰੋ ਸਰ ਓਕੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਠੀਕ ਹੈ ਜੀ ਬਿਲਕੁਲ ਬੰਦ ਕਰ ਦਿਓ ਹੈਲੋ ਹਾਂਜੀ ਸਰ ਬਿਲਕੁਲ ਬੰਦ ਕਰ ਦਿਓ ਟੀਵੀ ਦਾ ਵੋਲਿਊਮ ਹੁਣ ਬਣੀ ਜੇ ਗੱਲ ਕੌਣ ਸਾਹਿਬ ਬੋਲ ਰਹੇ ਕੌਣ ਸਾਹਿਬ ਬੋਲ ਰਹੇ ਸਭ ਮਹਾਰਾਜ ਕਿਰਪਾ ਤੁਹਾਡੀ ਤੁਸੀਂ ਪਿਆਰ ਹੈ ਜੀ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਰ ਹਾਂਜੀ ਹਾਂਜੀ ਤੇ ਡਾਟਰ ਮੇਰੀ ਛੋਟੀ ਆ 8 ਸਾਲ ਦੀ ਅੱਛਾ ਉਹ ਬਹੁਤ ਲਾਈਕ ਕਰਦੀ ਆ ਤੇ ਉਹ ਲਾ ਕੇ ਮੈਨੂੰ ਲੱਗਣ ਜਾਂਦੀ ਐ ਐਵਰੀ ਡੇ ਡੈਡੀ ਆਜਾ ਪ੍ਰੋਗਰਾਮ ਆ ਗਿਆ ਅੱਛਾ ਜੀ ਉਹਨੂੰ ਸਮਝ ਆਉਂਦਾ ਜਾਂ ਉਹ ਜੋਣੇ ਨੂੰ ਦੇਖ ਕੇ ਖੁਸ਼ ਹੁੰਦੀ ਵਿਚਾਰੀ ਨਹੀਂ ਜੀ ਉਹਦਾ ਉਹ ਆਪਣੇ ਜਿਹੜਾ ਲਾਲਾ ਕਿਸ਼ੋਰੀ ਲਾਲਾ ਬਲਾ ਦੇ ਪਿੱਛੇ ਖੜਾ ਨਾ ਇਹਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਆ ਅੱਛਾ ਇਹਦੇ ਮੂੰਹ ਤੇ ਦੇਖਣ ਵਾਲਾ ਕੁਝ ਹੈ ਨਹੀਂ ਇਹਨੂੰ ਕਿੱਦਾਂ ਦੇਖ ਲੈਂਦੀ ਵਿਚਾਰੀ ਬਸ ਉਹ ਅੱਛਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਨਹੀਂ ਨਹੀਂ ਫਿਰ ਵੀ ਜਿਹੜਾ ਜੂਣਾ ਆ ਭਾਜੀ ਨੂੰ ਟੇਬਲ ਤੇ ਖੜਾ ਕਰ ਲਿਆ ਕਰੋ ਤੇ ਮੇਰੀ ਜਿੱਦਾਂ ਇਹ ਆ ਤੁਹਾਨੂੰ ਟੇਬਲ ਤੇ ਖੜਾ ਕਰਾ ਕੇ ਇਹਨੂੰ ਕੀ ਮੈਂ ਕੀ ਕਵਾਂ ਕਿ ਬਣਾਣਾ ਵੇਚਿਆ ਕਰ ਨਹੀਂ ਬਰਾਬਰ ਤਾਂ ਦਿਸੂਗਾ ਓਹੋ ਬਰਾਬਰ ਹੀ ਹੈ ਬਸ ਇੰਨਾ ਹੀ ਬਰਾਬਰ ਬਰੂਬਰ ਕੀਤਾ ਇਹ ਵੀ ਖਿੱਚ ਕੇ ਕੀਤਾ ਨਹੀਂ ਤੇ ਪਹਿਲੇ ਆ ਟੇਬਲ ਦੇ ਹੋਲਡ ਦੇ ਥੱਲੋਂ ਆਉਂਦਾ ਹੁੰਦਾ ਸੀ ਉਹਦੇ ਨਾਲ ਕੀ ਹੋਣਾ ਇਹਨੇ ਉਹਨੇ ਕੱਦ ਲੰਮਾ ਹੋਇਆ ਉਹਦਾ ਮਿੰਟ ਜਿਹਾ ਹੋ ਗਏ ਅੱਛਾ ਹਾਂ ਇਹ ਤਰਕੀਬ ਠੀਕ ਆ ਤੁਹਾਡੀ ਇਹਦੇ ਗੋਤੇ ਨਾ ਲਵਾਵਾਂ ਸਿੱਧਾ ਪਹਿਲੇ ਕਿਉਂਕਿ ਮੂੰਹ ਜ਼ਿਆਦਾ ਵੱਡਾ ਇਹਦਾ ਯਾਰ ਜਿਹੜਾ ਘੋੜਨਾ ਘਾੜਨਾ ਲਾਓ ਪਟਾ ਲਾਓ ਮਾੜਾ ਜਿਹਾ ਠੀਕ ਆ ਜੀ ਇਹ ਸਾਰੇ ਜਿਹੜੀਆਂ ਸਕੀਮਾਂ ਦੱਸੀਆਂ ਇਹ ਹੈਗਾ ਤੁਹਾਡਾ ਮਤਲਬ ਸੁਭਾਅ ਮੇਰੇ ਵਰਗਾ ਹੀ ਆ ਮੈਨੂੰ ਵੀ ਇਦਾਂ ਦੇ ਦਿਮਾਗ ਚ ਆਉਂਦੇ ਆਈਡੀਏ ਹਾਂਜੀ ਹਾਂਜੀ ਭਾਜੀ ਸਵਾਲ ਇੱਕ ਬਾਤੇ ਦੀ ਗੱਲ ਮੇਰਾ ਨਾਂ ਵੀ ਤੁਹਾਡੇ ਵਾਲਾ ਹੀ ਆ ਕੀ ਪਾਲੀ ਅੱਛਾ ਵਾਹ ਜੀ ਵਾਹ ਲੈ ਫਿਰ ਪਾਲੀ ਟੂ ਪਾਲੀ ਹੋਇਆ ਪਿਆ ਹੈ ਪਾਲੀ ਕਾਲਿੰਗ ਪਾਲੀ ਉਹਦਾ ਕਾਰਤਿਕ ਕਾਲਿੰਗ ਕਾਰਤਿਕ ਨਹੀਂ ਆ ਉਹਦਾ ਪਾਲੀ ਕਾਲਿੰਗ ਪਾਲੀ ਹੋ ਗਿਆ ਉਹ ਮੈਂ ਕਿਹਾ ਜਿੱਦਾਂ ਕਾਰਤਿਕ ਹਾਂਜੀ 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 ਉਹ ਗੱਲ ਬਣ ਗਈ ਜੇ 4x4 ਨਹੀਂ ਹੁੰਦਾ ਜਿੱਦਾਂ ਹਾਂ 2x2 ਵੀ ਤਾਂ ਹੁੰਦੀ ਹੈ ਇੱਕ ਹਾਂਜੀ ਹਾਂਜੀ ਉਹ 2x2 ਹੁੰਦੀ ਹਾਂਜੀ ਹਾਂਜੀ ਬਸ 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 ਸਾਰੇ ਰਾਹ ਤੁਹਾਡੇ ਨਾਲ ਹੀ ਤੇ ਖੜੇ 2x2 ਲੱਗ ਜਾਂਦਾ ਹਾਂ ਹਾਂਜੀ 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 ਇੱਕ ਨਾਲ ਇੱਕ ਫ੍ਰੀ ਹੈ 2x2 ਦੀ ਇੱਕ ਨਾਲ ਇੱਕ ਫ੍ਰੀ ਵੀ ਮੈਨੂੰ ਕਹਿੰਦਾ ਗਾਣਾ ਗੁਣਾ ਸੁਣਾ ਦੇ ਭਾਜੀ ਵਾਹ ਜੋਨੇ ਨੂੰ ਗਾਣਾ ਸੁਣਾ ਦਿਓ ਇਹ ਇਹਨੇ ਕੀ ਓਏ ਰਿਆਜ਼ ਕਰ ਲੈ ਤੂੰ ਸੁਰੇਸ਼ ਵਾੜਕਰ ਜੀ ਕੋ ਟਿਊਸ਼ਨ ਲੈਂਦਾ ਰਹਿੰਦਾ ਆ ਕਰਨ ਲੱਗ ਗਿਆ ਮੇਰੀ ਵਾਰੀ ਆ ਗਈ ਗਾਣਾ ਸੁਣਾ ਜੇ ਤੂੰ ਸੁਰੇਸ਼ ਵਾੜਕਰ ਜੀ ਕੋ ਜਾਂਦਾ ਵੀ ਨਾ ਥੈਂਕ ਯੂ ਸੋ ਮਚ ਸਰ ਜੇ ਤੂੰ ਸੁਰੇਸ਼ ਵਾੜਕਰ ਜੀ ਕੋ ਜਾਂਦਾ ਵੀ ਨਾ ਉਹਨਾਂ ਨੇ ਤੈਨੂੰ ਅੰਦਰ ਵਾੜਕਰ ਚਪੇੜਾ ਮਾਰਨੀ ਆ ਹੀ ਵੱਡਾ ਸਿੰਗਰ ਵੱਡਾ ਕਿੱਥੇ ਆ ਓਏ ਛੋਟਾ ਸਿੰਗਰ ਛੋਟਾ ਵੀ ਨਹੀਂ ਹੈਗਾ ਉਹ ਬੇਟਾ ਤੇਰੇ ਵਰਗੇ ਨਾ ਖੋਤੇ ਨੂੰ ਸੋਡਾ ਪਿਉਂਦੇ ਹੁੰਦੇ ਆ ਜਾ ਕੰਮ ਕਰ ਉਹ ਕਾਦੇ ਲਈ ਪਿਉਂਦੇ ਵੈਸੇ ਹੀ ਕਈ ਵਾਰ ਉਹਨੂੰ ਪਿਆ ਕੇ ਪੁੱਛਣ ਦੇ ਹੁੰਦੇ ਭਾਈ ਇਹਦੇ ਨਾਲ ਡਕਾਰ ਆਉਂਦਾ ਕਿ ਉਹ ਤਾਂ ਗੱਲਾਂ ਹੀ ਬਣੀਆਂ ਨਹੀਂ ਉਹਨੂੰ ਕੰਮ ਲੈਂਦੇ ਆ ਸੋਡਾ ਪਿਆ ਕੇ ਕਹਿੰਦੇ ਪੈਗ ਤੈਨੂੰ ਬਾਅਦ ਚ ਪਿਆਵਾਂਗੇ ਪੈਰ ਦੇ ਸੜੇ ਹੋਏ ਅੰਗੂਠੇ ਵਰਗਾ ਮੂੰਹ ਆ ਤੁਹਾਡਾ
ਟੁੱਟੀ ਹੋਈ ਡੂਠੀ ਵਰਗਾ ਮੂੰਹ ਆ ਟੋਡਾ, ਪਾਟੇ ਜਿੰਨੇ ਜਿੰਨੇ ਦਾ ਮੂੰਹ ਆ ਤੇਰਾ, ਤੇਰਾ ਵੀ ਟੁੱਟੀ ਦੀ ਕੁਰਸੀ ਹੋਈ ਲੱਤ ਵਰਗਾ ਮੂੰਹ ਆ, ਬਸ ਛੇੜ ਖਰਾਬ ਹੋਏ ਜਹਾਜ਼ ਦੇ ਨਾ ਸਿਲੈਂਸਰ ਵਰਗਾ ਮੂੰਹ ਆ ਤੇਰਾ, ਤੇਰਾ ਵੀ ਮੂੰਹ ਆਇਆ ਜਿਵੇਂ ਪੈਨ ਦਾ ਕੈਪ ਲਾਇਆ ਹੁੰਦਾ, ਪਾਟੇ ਨਾਲ ਵਰਗਾ ਮੂੰਹ ਆ ਤੇਰਾ, ਟੁੱਟੀ ਸੂਈ ਵਰਗਾ ਮੂੰਹ ਆ ਤੇਰਾ, ਤੇਰਾ ਜੁੜੀ ਸੂਈ ਵਰਗਾ ਮਰ ਜਾਣਾ, ਆ ਲੱਗਦਾ ਜਿਵੇਂ ਖੋਲੀ ਚ ਮੱਝ ਦੇ ਪੱਟੇ ਕਰਦੇ ਹੋ, ਮਰ ਜਾਣਾ ਮੱਝ ਦੇ ਤੂੰ ਆ ਖਾ ਪੱਠੇ, ਮੱਝ ਦੀ ਕੂਪ ਜਣਾ ਪੁੱਛਣਾ ਪੁਰਚ ਕਰਨ ਵਾਲੀ ਏ, ਮਰ ਜਾਣਾ, ਚਲੋ ਚਲੋ ਚਲੋ, ਕੀ ਹੋਇਆ ਮੈਂ ਤੇ ਚੁੱਪ ਆ, ਕੁੱਤੇ ਦੀ ਪੂੰਛ ਨਾ ਬੁੱਲਾਂ ਦੀ ਮਸਾਜ ਕਰਨ ਵਾਲਿਆ, ਟੁੱਟੇ ਹੋਏ ਬੂਟ ਦਾ ਪਤਾਵਾ ਨਿਕਲੇ ਅਰਗਾ ਮੂੰਹ ਤੇ ਮਰ ਜਾਣਾ ਪਿਆ ਆਪਣੇ ਬੂਟਾਂ 'ਚ, ਸੋਨੇ ਦੀ ਚੈਨ ਬਣਾ ਲਓ ਹੁਣ, ਮਰੀ ਹੋਈ ਖੋਪੜੀ ਵਰਗਾ ਮੂੰਹ ਕਰ, ਬਹੁਤਾ ਵੀ ਨਾ ਬੋਲ, ਮੇਰੀ ਮੁਲਾਜ਼ਮ ਸਾਹਮਣੇ ਲੱਗਾ, ਕੰਪੀਟੀਸ਼ਨ ਖਤਮ ਹੋ ਗਿਆ ਤੇ ਮੈਂ ਨਾ ਆਈ ਉਂਗਲਾਂ ਨਾਲੇ, ਇਹ ਦੱਸ ਖੋਪੜੀ ਤੇ ਅੱਗੇ ਮਰੀ ਹੁੰਦੀ ਆ, ਹੋਰ ਕੀ ਮਾਰਨ ਡਿਆ ਉਹ ਚ, ਆਹੋ ਤੇ ਅੱਖਾਂ ਚ ਉਂਗਲਾਂ ਪਾ ਕੇ ਐਂ ਲੈ ਕੇ ਜਾਣੀ ਮੈਂ, ਤੇ ਜਦੋਂ ਮੈਂ ਉਂਗਲਾਂ ਪਾਈਆਂ ਨਾ ਤੇਰੀਆਂ ਨਾਸਾਂ ਚ, ਇੱਥੋਂ ਕੱਢ ਦੇਣੀਆਂ ਮੈਂ ਨਸ, ਤੂੰ ਉਂਗਲਾਂ ਉਹ ਨਸ ਛੱਡ ਜਾਂਦੀਆਂ ਹੁੰਦੀਆਂ ਨਸ, ਉਹ ਜਾ ਯਾਰ ਦਫਾ ਜਾ ਯਾਰ, ਮੈਂ ਵੀ ਭੇਜੇ ਹੀ ਆਈ, ਜਾ ਯਾਰ ਜਾ ਯਾਰ।